ਜਦ ਜੋਗੀ ਦੇ ਰੂਪ ਵਿੱਚ ਜਦੋਂ ਰਾਂਝਾ ਹੀਰ ਦੇ ਸੋਹਰੇ ਪਰਿਵਾਰ ਦੇ ਘਰ ਦੇ ਬਾਹਰ ਆਉਂਦਾ ਹੈ ਤਾਂ ਉਸ ਵੇਲੇ ਹੀਰ ਆਪਣੀ ਜਿਹੜੀ ਨਾਨਨ ਸੈਤੀ ਹੈ ਉਸ ਨੂੰ ਦਰਵਾਜ਼ੇ ਤੱਕ ਭੇਜਦੀ ਹੈ ਉਸ ਨੂੰ ਵੇਖ ਕੇ ਰਾਂਝੇ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਉਸ ਨੂੰ ਬੁਰਾ ਭਲਾ ਕਹਿੰਦਾ ਕਹਿੰਦਾ ਉਹ ਹੰਕਾਰ ਦੀ ਭਰੀ ਕੁੜੀ ਹੈ ਵੱਖਰੇ ਕੰਮ ਕਰਨ ਵਾਲੀ ਕੁੜੀ ਹੈ ਉਹ ਫੰਦ ਫਰੇਬ ਜਲਦੀ ਹੈ ਧੋਖੇ ਬਾਜ਼ ਹੈ ਤੇ ਕਿਸੇ ਵੱਡੇ ਉਸਤਾਦ ਦੀ ਸਿੱਖਿਆ ਤੇ ਚੱਲਦੀ ਹੈ ਕਹਿੰਦਾ ਤੂੰ ਉਸ ਨੂੰ ਕਹਿੰਦਾ ਹੈ ਕਿ ਉਹ ਆਪਣੀ ਭਾਬੀ ਨੂੰ ਖੈਰ ਵਾਸਤੇ ਭੇਜੇ ਉਸ ਨੂੰ ਅਸ਼ੀਰਵਾਦ ਦੇਣਾ ਚਾਹੁੰਦਾ ਹਾਂ ਕਿਉਂਕਿ ਉਹ ਨਵੀਂ ਵਿਆਹੀ ਆਈ ਔਰਤ ਹੈ ਤੇ ਤੂੰ ਉਸ ਤੇ ਰੂਪ ਚ ਕਿਉਂ ਆਈ ਅੱਗੇ ਤੂੰ ਕਿਉਂ ਕਹਿ ਰਹੀ ਹੈ ਕਿ ਮੈਂ ਹੀਰ ਹਾਂ ਉਹ ਕਹਿੰਦੀ ਹੈ ਨਾ ਮੈਂ ਹੀਰ ਹਾਂ ਮੈਨੂੰ ਖੈ ਮੈਂ ਕਹਿੰਦਾ ਨਹੀਂ ਤੂੰ ਮੇਰਾ ਧੋਖਾ ਕਰ ਰਹੀ ਹੈ ਤੂੰ ਹੀਰ ਨਹੀਂ ਹੈਗੀ ਤੂੰ ਆਪਣੀ ਭਾਬੀ ਨੂੰ ਭੇਜ ਇਸ ਹੁਸਨ ਦਾ ਨਾ ਗਮਾਨ ਕੀਚੇ ਕਹਿੰਦਾ ਕਿ ਆਪਣੀ ਸੁੰਦਰਤਾ ਦਾ ਹੰਕਾਰ ਨਾ ਕਰ ਮਾਣਮੱਤੀਏ ਰੂਪ ਰਹਿਲੀਏ ਨਹੀਂ ਤੂੰ ਤਾਂ ਰੂਪ ਹੁਸਨ ਦਾ ਮਾਣ ਕਰਨ ਵਾਲੀ ਕੁੜੀ ਹੈ ਤੂੰ ਤਾਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਖੂਬਸੂਰਤ ਸਮਝ ਕੇ ਜੋਗੀ ਦਾ ਮਜ਼ਾਕ ਉਡਾਉਂਦੀ ਹੈ ਤੂੰ ਮੇਰੀ ਗੱਲ ਮੰਨ ਕੇ ਆਪਣੀ ਭਾਬੀ ਹੀਰ ਨੂੰ ਦਰਵਾਜ਼ੇ ਤੱਕ ਪੇਜ ਤੇਰੀ ਭਾਬੀ ਦੀ ਨਹੀਂ ਪਰਵਾਹ ਮੈਨੂੰ ਵੱਡੇ ਹੀਰ ਦੇ ਅੰਗ ਸਹੇਲੀਆਂ ਨਹੀਂ ਉਹ ਕਹਿੰਦਾ ਕਿ ਜੇਕਰ ਨਹੀਂ ਆਉਂਦੀ ਓ ਤੇ ਮੈਨੂੰ ਕੋਈ ਪਰਵਾਹ ਨਹੀਂ ਹੈ ਮੈਂ ਉਸ ਨੂੰ ਇੱਕ ਸਰਾਪ ਦੇ ਦੇਣਾ ਹੈ ਜੋਗੀ ਦਾ ਰੂਪ ਕਹਿੰਦਾ ਨਹੀਂ ਆਉਂਦੀ ਉਹ ਗੇ ਦਰਵਾਜ਼ੇ ਤੱਕ ਤਾਂ ਉਸਦੀ ਮਰਜ਼ੀ ਮੈਂ ਉਸ ਨੂੰ ਉਸ ਨੂੰ ਕੁਝ ਨਹੀਂ ਕਵਾਂਗਾ ਪਰ ਤੂੰ ਉਸ ਦੀ ਸਹੇਲੀ ਹੈ ਤੂੰ ਉਸ ਦੀ ਨਾਨਵੀ ਹੈ ਤੇ ਉਸ ਦੀ ਸਹੇਲੀ ਵੀ ਹੈ ਤੂੰ ਉਸ ਦਾ ਜੇ ਭਲਾ ਚਾਹੁੰਦੀ ਹੈ ਤੇ ਉਸ ਨੂੰ ਦਰਵਾਜ਼ੇ ਤੱਕ ਲੈ ਕੇ ਆ ਮਿਲੇ ਸਿਰਾਂ ਨੂੰ ਦਾਹੇ ਵਿਛੋੜ ਦੇਈਏ ਸਗੋਂ ਵਿਛੜੇ ਸਿਰਾਂ ਨੂੰ ਮਿਲਈਏ ਨੀ ਤੋ ਕਹਿੰਦੀ ਹੈ ਕਿ ਰਾਂਝਾ ਉਸ ਦੀ ਨਣਾਨ ਸੈਤੀ ਨੂੰ ਕਹਿੰਦਾ ਹੈ ਕਿ ਤੂੰ ਇੱਕ ਵਿਚੋਲੇ ਦਾ ਕੰਮ ਕਰਕੇ ਦੋ ਜਣਿਆਂ ਨੂੰ ਮਿਲਾ ਸਕਦੀ ਹੈ ਹੁਣ ਉੱਥੇ ਉਹ ਸਾਰਾ ਉਸ ਨੂੰ ਇਸ ਗੱਲ ਦਾ ਹਿੰਟ ਦੇ ਦਿੱਤਾ ਇਸ ਗੱਲ ਦਾ ਉਸ ਨੇ ਸੰਕੇਤ ਦਿੱਤਾ ਕਿ ਰਾਂਝਾ ਜਿਹੜਾ ਹੈ ਅਸਲ ਚੋ ਜੋਗੀ ਜਿਹੜਾ ਹੈ ਰਾਂਝਾ ਆ ਜਿਹੜਾ ਆਪਣੀ ਪ੍ਰੇਮਿਕਾ ਹੀਰ ਨੂੰ ਮਿਲਣ ਆਇਆ ਹੈ ਉਸਦੀ ਭਾਬੀ ਨੂੰ ਉਸਦੀ ਨਾਨ ਨੂੰ ਕਹਿੰਦਾ ਹੈ ਕਿ ਤੂੰ ਜੇ ਉਹ ਜੇ ਕੋਸ਼ਿਸ਼ ਕਰੇ ਤਾਂ ਉਹ ਦੋਵਾਂ ਪ੍ਰੇਮੀਆਂ ਨੂੰ ਮਿਲਾ ਸਕਦੀ ਹੈ ਮਿਲੇ ਸਿਰਾਂ ਨੂੰ ਨਾਹੇ ਵਿਛੋੜ ਦੇਈਏ ਕਹਿੰਦਾ ਮਿਲੇ ਹੋਏ ਦੋ ਦਿਲਾਂ ਨੂੰ ਵਿਛੋੜਨਾ ਨਹੀਂ ਚਾਹੀਦਾ ਸਗੋਂ ਵਿਛੜੇ ਸਿਰਾਂ ਨੂੰ ਮਿਲਣੀਆਂ ਹੀ ਨਹੀਂ ਕਹਿੰਦਾ ਸਗੋਂ ਵਿਛੜੇ ਹੋਏ ਦੋ ਪ੍ਰੇਮੀਆਂ ਨੂੰ ਮਿਲਾਉਣਾ ਧਰਮ ਹੋਣਾ ਚਾਹੀਦਾ ਹੈ ਨਾ ਕਿ ਮਿਲਦੇ ਹੋਏ ਪ੍ਰੇਮੀਆਂ ਨੂੰ ਵਿਛੋੜਨਾ ਚੰਗੀ ਗੱਲ ਹੈ ਕਿਹਾ ਵੈਰ ਫਕੀਰ ਦੇ ਨਾਲ ਚਾਇਓ ਪਿੱਛਾ ਛੱਡ ਅਨੋਖੀਏ ਲੈ ਲੀਏ ਨਹੀਂ ਕਹਿੰਦਾ ਕਿ ਤੂੰ ਤੇ ਮੇਰੇ ਨਾਲ ਵੈਰ ਕਰਦੀ ਪਈ ਹੈ ਕਿਹੜਾ ਵੈਰ ਕਿ ਆਪਣੀ ਭਾਬੀ ਨੂੰ ਦਰਵਾਜ਼ੇ ਤੱਕ ਨਹੀਂ ਆਉਣ ਦਿੰਦੀ ਤੇ ਖੁਦ ਆ ਕੇ ਤੂੰ ਖੈਰ ਪਾਉਣ ਵਾਸਤੇ ਆਈ ਹੈ ਇਹ ਤੇਰਾ ਵੈਰ ਹੈ ਤੇ ਫਕੀਰ ਉਸ ਨਵੀਂ ਵਿਆਹੀ ਔਰਤ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਤੂੰ ਉਸ ਨੂੰ ਭੇਜ ਤੇ ਮੇਰਾ ਪਿੱਛਾ ਛੱਡ ਲੇਲੀ ਦਾ ਮਤਲਬ ਬੱਕਰੇ ਦਾ ਬੱਚਾ ਨੇ ਬੱਕਰੀ ਦਾ ਬੱਚਾ ਜਿਹੜਾ ਉਹਨੂੰ ਲੇਲ ਲਈ ਕਿ ਆ ਛੋਟਾ ਮੇਮਣਾ ਜਿਹੜਾ ਮੇਮਣੇ ਦੇ ਨਾਲ ਉਹਦਾ ਫੀਮੇਲ ਜਿਹੜਾ ਕਹਿੰਦਾ ਕਿ ਤੂੰ ਤੂੰ ਲੈ ਲੈ ਵਾ ਕਿਦੇ ਪਿੱਛੇ ਲੱਗ ਗਈਆਂ ਤੂੰ ਮੇਰਾ ਪਿੱਛਾ ਛੱਡ ਤੇ ਆਪਣੀ ਭਾਬੀ ਨੂੰ ਇੱਥੋਂ ਤੱਕ ਪੇਜ ਇਹ ਜੱਟ ਸੀ ਕੂੰਜ ਤੇ ਇਹ ਜੱਟੀ ਸੀ ਕੂੰਜ ਤੇ ਜੱਟ ਉੱਲੂ ਪਰ ਇਹ ਬੱਦੀਏ ਜੇ ਗੱਲ ਖੋਲੀਏ ਨਹੀਂ ਕਿੰਦਾ ਰਾਂਝਾ ਕਹਿੰਦਾ ਹੈ ਕਿ ਹੀਰ ਇੱਕ ਕੂੰਜ ਵਰਗੀ ਮੁਤਿਆਰ ਹੈ ਤੇ ਰਾਂਝਾ ਇੱਕ ਜੱਟ ਹੈ ਜਿਹੜਾ ਉਹ ਕਹਿੰਦੀ ਕਿ ਜਿਹੜਾ ਤੇਰਾ ਭਰਾ ਆ ਓਏ ਉੱਲੂ ਆ ਤੇ ਜਿਹੜੀ ਇੱਕ ਹੀਰ ਆ ਉਹ ਕੂਂਜ ਵਰਗੀ ਸੋਹਣੀ ਕੁੜੀ ਆ ਤੇ ਉਹ ਉੱਲੂ ਦੇ ਲੜ ਲੱਗੀ ਆ ਕਹਿੰਦਾ ਭਾਵ ਕਿ ਉਸ ਦਾ ਤੇ ਖੇੜੇ ਦਾ ਕੋਈ ਮੇਲ ਨਹੀਂ ਹੈ ਭਾਵ ਰਾਜਾ ਕਹਿੰਦਾ ਕਿ ਜਿਸ ਬੰਦੇ ਨਾਲ ਹੀਰ ਦਾ ਵਿਆਹ ਹੋਇਆ ਹੈ ਉਸ ਦੇ ਨਾਲ ਉਸ ਦਾ ਕੋਈ ਵੀ ਮੇਲ ਜੋਲ ਨਹੀਂ ਹੈ ਕਿਉਂਕਿ ਉਹ ਖੂਬਸੂਰਤ ਆ ਤੇ ਉਹ ਜਿਹੜਾ ਆ ਉਹ ਕੋਈ ਨਾ ਤੇ ਖੂਬਸੂਰਤ ਆ ਤੇ ਨਾ ਕੋਈ ਉਸ ਦੇ ਅੰਦਰ ਗੋੜਿਆ ਪਰ ਇਹ ਬੱਧੀਏ ਜੇ ਗੱਲ ਖੋਲੀਏ ਨਹੀਂ ਕਹਿੰਦਾ ਜੇਕਰ ਮੈਂ ਗੱਲ ਸਪਸ਼ਟ ਕਰਾਂ ਤੇ ਆਪਣੇ ਘਰ ਤੁਸੀਂ ਇੱਕ ਪਰੀ ਨੂੰ ਲਿਆ ਕੇ ਬੰਨ ਲਿਆ ਹੈ ਪਾਪ ਤੁਸੀਂ ਉੱਲੂ ਉੱਲੂ ਨਾਲ ਪਰੀ ਨੂੰ ਵਿਆਹ ਦਿੱਤਾ ਹੈ ਤੇ ਉਹ ਪਰੀ ਜਿਹੜੀ ਆ ਉਸ ਨੂੰ ਬਾਹਰ ਨ ਲਿਆ ਹੈ ਉਸ ਨੂੰ ਅੰਦਰ ਬਾਹਰ ਜਾਣ ਦੀ ਕਿਤੇ ਆਗਿਆ ਨਹੀਂ ਹੈਗੀ ਤੁਸੀਂ ਬਹੁਤ ਗਲਤ ਕਰ ਰਹੇ ਉਸ ਨੇ ਹੀਰ ਨੂੰ ਹੀਰ ਦੀ ਨਾਣ ਨੂੰ ਉਲਾਮਾ ਦਿੱਤਾ ਵਾਰਿਸ ਜਿਣਸ ਦੇ ਨਾਲ ਹਮ ਜਿਣਸ ਹੁੰਦੇ ਵਾਰਸ਼ਾ ਦੇ ਰੂਪ ਵਿੱਚ ਰਾਜਾ ਜੋਗੀ ਕਹਿੰਦਾ ਹੈ ਕਿ ਇੱਕ ਵਸਤੂ ਦਾ ਟੱਕਰਾ ਦੂਜੀ ਵਸ ਬਰਾਬਰ ਦੀ ਵਸਤੂ ਨਾਲ ਹੋ ਸਕਦਾ ਹੈ ਜਣਸ ਹੁੰਦੀ ਵਸਤੂ ਹਾਂ ਮ ਜਣਸ ਹੁੰਦੀ ਆ ਉਸ ਦੇ ਵਰਗੀ ਹੋਰ ਵਸਤੂ ਕਿ ਇੱਕ ਵਸਤੂ ਦਾ ਟਾਕਰਾ ਦੂਜੀ ਨਾਲ ਕਰਨਾ ਹੋਵੇ ਤੇ ਉਹਦੇ ਬਰਾਬਰ ਦੀ ਵਸਤੂ ਹੀ ਲੱਭਣੀ ਚਾਹੀਦੀ ਆ ਇਹ ਨਹੀਂ ਕਿ ਜਿਹੜਾ ਪੌਰਤਾ ਜਣਾ ਗਧੇ ਨੂੰ ਮਿਲ ਲਿਆ ਨਹੀਂ ਕਹਿੰਦਾ ਇਦਾਂ ਨਹੀਂ ਹੁੰਦਾ ਕਿ ਗਧੇ ਦਾ ਤੇ ਇੱਕ ਚੰਗੀ ਨਸਲ ਦੇ ਘੋੜੇ ਦਾ ਕੋਈ ਟਾਕਰਾ ਨਹੀਂ ਆ ਚੰਗੀ ਨਸਲ ਪੌਰ ਪੌਰਤਾ ਜੀ ਹੈਗਾ ਚੰਗੀ ਨਸਲ ਦਾ ਘੋੜਾ ਤੇ ਗਧਾ ਹੈਗਾ ਖੋਤਾ ਜਾਂ ਗਧਾ ਕਹਿੰਦਾ ਕਿ ਗਧੇ ਦਾ ਤੇ ਇੱਕ ਚੰਗੀ ਨਸਲ ਦੇ ਘੋੜੇ ਦਾ ਕੋਈ ਆਪਸ ਜੋੜ ਮੇਲ ਨਹੀਂ ਹੈਗਾ ਇਸੇ ਪ੍ਰਕਾਰ ਹੀਰ ਦਾ ਤੇ ਉਹਦਾ ਸੈਦੇ ਖੇੜੇ ਦਾ ਕੋਈ ਮੇਲ ਨਹੀਂ ਕਿੰਦਾ ਦੋਵਾਂ ਦਾ ਵਿਆਹ ਬੜੀ ਹੀ ਮਤਲਬ ਜੋੜ ਮੇਲ ਵੇਖ ਕੇ ਨਹੀਂ ਹੋਇਆ ਇਹ ਸਿਰਫ ਇੱਕ ਪਰਿਵਾਰਾਂ ਦਾ ਆਰਥਿਕ ਸਟੈਂਡਰਡ ਵੇਖ ਕੇ ਪੱਧਰ ਵੇਖ ਕੇ ਹੋ ਗਿਆ ਆ ਕਿ ਉਹਦਾ ਪਿਤਾ ਜ਼ਗੀਰਦਾਰ ਆ ਤੇ ਤੇਰਾ ਪਿਤਾ ਵੀ ਜ਼ਗੀਰਦਾਰ ਆ ਤੇ ਵਿਆਹ ਹੋ ਗਿਆ ਅਸਲ 'ਚ ਨਾ ਤਾਂ ਹੀਰ ਖੇੜੇ ਨੂੰ ਪਿਆਰ ਕਰਦੀ ਆ ਤੇ ਨਾ ਹੀ ਉਹਨਾਂ ਦੇ ਬਰਾਬਰਤਾ ਕੋਈ ਹੈ ਦੋਵੇਂ ਖੂਬਸੂਰਤ ਹੋ ਜਿਆਦਾ ਆ ਤੇ ਉਹ ਨਹੀਂ ਹੈ ਕਿਦਾਂ ਚੰਗੀ ਤਰ੍ਹਾਂ ਵਿਆਹ ਨਹੀਂ ਹੋਇਆ ਹੁਣ ਇਥੋਂ ਤੱਕ ਦੇ ਕਾਬ ਟੋਟੇ 'ਚ ਰਾਂਜਾ ਜਿਹੜਾ ਹੈ ਉਹ ਹੀਰ ਦੀ ਭਾਬੀ ਨਣਾਨ ਨਾਲ ਗੱਲ ਕਰ ਰਿਹਾ ਉਸ ਤੋਂ ਬਾਅਦ ਜਦੋਂ ਅਗਲੇ ਅਗਲੇ ਕਾਪ ਟੋਟੇ ਦੇ ਵਿੱਚ ਹੀਰ ਦੀ ਨਨਾਨ ਤੇ ਜਿਹੜੀ ਹੈਗੀ ਆ ਸੈਤੀ ਉਹ ਜਾ ਕੇ ਹੀਰ ਨੂੰ ਸੁਨੇਹਾ ਦਿੰਦੀ ਆ ਕਿ ਉਹ ਜਿਹੜਾ ਆਇਆ ਹੈ ਜੋਗੀ ਉਹ ਤਾਂ ਤੇਰੇ ਦਰਸ਼ਨ ਕਰਨਾ ਚਾਹੁੰਦਾ ਹੈ ਉਹ ਮਿਲਣਾ ਚਾਹੁੰਦਾ ਹੈ ਤਾਂ ਹੀਰ ਫਿਰ ਆਪਣੀ ਨਨਾਨ ਸੈਤੀ ਤੇ ਕਹਿਣ ਤੇ ਜਦੋਂ ਬਾਹਰ ਜਾਂਦੀ ਆ ਤਾਂ ਉਹ ਰਾਜੇ ਨੂੰ ਜਵਾਬ ਦਿੰਦੀ ਆ ਕੀ ਕਹਿੰਦੀ ਆ ਬੋਲੀ ਹੀਰ ਵੇ ਜੋਗੀਆ ਜਾ ਸਾਥੋਂ ਕੋਈ ਖੁਸ਼ੀ ਨਾ ਹੋਵੇ ਤਾਂ ਹਸੀਏ ਰਿਓ ਰਾਜਾ ਉਸ ਨੂੰ ਕਹਿੰਦਾ ਕਿ ਤੇਰਾ ਤੂੰ ਹਲੇ ਨਵਾਂ ਵਿਆਹ ਹੋਇਆ ਤੈਨੂੰ ਖੁਸ਼ ਹੋਣਾ ਚਾਹੀਦਾ ਹੈ ਤੂੰ ਹੱਸਦੀ ਕਿਉਂ ਨਹੀਂ ਤਾਂ ਉਹ ਪਛਾਣਦੀ ਨਹੀਂ ਕਿ ਰਾਜਾ ਹੈ ਉਹ ਕਹਿੰਦੀ ਕਿ ਖੁਸ਼ ਤਾਂ ਹੀ ਹੱਸਿਆ ਜਾਂਦਾ ਜੇਕਰ ਖੁਸ਼ੀ ਹੋਵੇ ਜੇ ਮਨ ਚ ਖੁਸ਼ੀ ਨਾ ਹੋਵੇ ਤੇ ਹਾਸਾ ਨਹੀਂ ਆਉਂਦਾ ਪਰਦੇਸੀਆ ਜੋਗੀਆਂ ਕਮਲਿਆਂ ਨੂੰ ਵਿੱਚੋਂ ਜੀਉ ਦਾ ਭੇਦ ਚਾ ਦੱਸੀਆ ਕਿਉਂ ਕਹਿੰਦੀ ਪਰਦੇਸੀਆਂ ਨੂੰ ਦਿਲ ਦਾ ਭੇਦ ਨਹੀਂ ਦੱਸਿਆ ਜਾਂਦਾ ਕਿ ਖੁਸ਼ ਕਿਉਂ ਨਹੀਂ ਹਾਂ ਇਹ ਮੈਂ ਕਿਉਂ ਦੱਸਾਂ ਇਹੀ ਹੀ ਆਪਣੇ ਉਹੀਰ ਕਿਉਂਕਿ ਰਾਂਝੇ ਨੂੰ ਪਛਾਣ ਨਹੀਂਦੀ ਨਾ ਉਸ ਨੂੰ ਕਹਿੰਦੀ ਆ ਕਿ ਉਹ ਉਸ ਨੂੰ ਆਪਣੇ ਮਨ ਦੀ ਖੁਸ਼ੀ ਜਾਂ ਗਮੀ ਬਾਰੇ ਕੁਝ ਨਹੀਂ ਦੱਸਣਾ ਚਾਹੁੰਦੀ ਇਸ ਕਰਕੇ ਉਹ ਚੁੱਪਚਾਪ ਇੱਕ ਜੋਗੀ ਆ ਤੇ ਖੈਰ ਲਾ ਕੇ ਚਲਾ ਜਾਵੇ ਉਹ ਬਹੁਤੇ ਸਵਾਲ ਜਵਾਬ ਨਾ ਕਹੇ ਕਿਉਂਕਿ ਪ੍ਰਦੇਸੀਆਂ ਨਾਲ ਮਨ ਦੀ ਗੱਲ ਨਹੀਂ ਕੀਤੀ ਜਾ ਸਕਦੀ ਜੇ ਤੂੰ ਜਫਾ ਨਾ ਝਾਲਿਆ ਜਾਏ ਜੋਗ ਪੰਥ ਵਿੱਚ ਆਣ ਕੇ ਤੱਸੀਏ ਕਿਉਂ ਉਹ ਕਹਿੰਦੀ ਕਿ اے ਜੋਗੀ ਜੇਕਰ ਤੂੰ ਇਹ ਮੁਸੀਬਤਾਂ ਨਹੀਂ ਚੱਲ ਸਕਦਾ ਜਫਾ ਹੁੰਦੀਆਂ ਮੁਸੀਬਤਾਂ ਮੁਸ਼ਕਲਾਂ ਜਫਰ ਜਲਣੇ ਜਿਵੇਂ ਕਹਿੰਦੇ ਕਿ ਤੂੰ ਇਹ ਮੁਸੀਬਤਾਂ ਜਾਂ ਮੁਸ਼ਕਲਾਂ ਨਹੀਂ ਸਹਿ ਸਕਦਾ ਤੇ ਤੂੰ ਜੋਗੀ ਕਿਉਂ ਬਣਿਆ ਤੈਨੂੰ ਇਹੋ ਜਿਹੀ ਗੱਲਬਾਤ ਔਰਤਾਂ ਨਾਲ ਕਰਨੀ ਸ਼ੋਭਾ ਨਹੀਂ ਦਿੰਦੀ ਤੂੰ ਚਲਾ ਜਾ ਯੋਗ ਪੰਥ ਵਿੱਚ ਕਿਉਂ ਆਇਆ ਜੇਕਰ ਔਰਤਾਂ ਨਾਲ ਸਵਾਲ ਜਵਾਬ ਕਰਨੇ ਆ ਜੇ ਤੂੰ ਅੰਤਰ ਅੰਨਾਂ ਵੱਲ ਵੇਖਣਾ ਸੀ ਵਾਹਿ ਜੋਤਰੇ ਛੱਡ ਕੇ ਨਸਤੀਏ ਕਿਉਂ ਕਹਿੰਦੇ ਜੇਕਰ ਤੂੰ ਔਰਤਾਂ ਨਾਲ ਹੀ ਗੱਲਾਂ ਕਰਨੀਆਂ ਸੀ ਉਹਨਾਂ ਦੇ ਹੁਸਨ ਤੇ ਉਹਨਾਂ ਦੇ ਗੁੱਸੇ ਤੇ ਉਹਨਾਂ ਦੇ ਪਿਆਰ ਤੇ ਤੇ ਤੂੰ ਉਹ ਹਾਲ ਹੀ ਬਣਿਆ ਰਿੰਦਾ ਜੋਤੀ ਬਾਲੀ ਕਰਦਾ ਰਿੰਦਾ ਤੂੰ ਕਿਉਂ ਛੱਡ ਕੇ ਆਇਆ ਅਰਥਾਤ ਤੇਰਾ ਇਹ ਏਦਾਂ ਗੱਲਬਾਤ ਕਰਨਾ ਚੰਗੀ ਗੱਲ ਨਹੀਂ ਹੈ ਫੱਕਰ ਭਾਰੜੇ ਗੌਰੜੇ ਹੋਏ ਰਹੀਏ ਕੁੜੀ ਚਿੜੀ ਦੇ ਨਾਲ ਖੜਖੱਸੀਏ ਕਿਉਂ ਉਹ ਕਹਿੰਦੀ ਕਿ ਫਕੀਰਾਂ ਨੂੰ ਆਪਣੇ ਆਪ ਦੇ ਵਿੱਚ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਮਸਤ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਕੁੜੀਆਂ ਚਿੜੀਆਂ ਦੇ ਨਾਲ ਹੱਸਣਾ ਨਹੀਂ ਚਾਹੀਦਾ ਭਾਰਰੇ ਗੌੜੇ ਦਾ ਮਤਲਬ ਮਸਤ ਰਹਿਣਾ ਆਪਣੇ ਜੋਗੀਆ ਕੱਪੜੇ ਪਾ ਕੇ ਆਪਣੇ ਪਹਿਰਾਵੇ ਦੀ ਇੱਜ਼ਤ ਕਰਨੀ ਚਾਹੀਦੀਆਂ ਤੇ ਆਪਣੇ ਗੁਰੂ ਦੇ ਦਿੱਤੇ ਮਾਰਗ ਤੇ ਚੱਲਣਾ ਚਾਹੀਦਾ ਹੈ ਉਹਨਾਂ ਨੂੰ ਔਰਤਾਂ ਨਾਲ ਖੜਖਸਣਾ ਹੁੰਦਾ ਬਹਿਸ ਕਰਨਾ ਕਿਸੇ ਗੱਲ ਤੇ ਨਹੀਂ ਬਹਿਸਣਾ ਚਾਹੀਦਾ ਕੁੜੀ ਚਿੜੀ ਨਾਲ ਬਹੁਤਾ ਬਹਿਸਣਾ ਨਹੀਂ ਚਾਹੀਦਾ ਜਿਹੜਾ ਕੰਨ ਲਪੇਟ ਕੇ ਨਸ ਜਾਏ ਮਗਰ ਲੱਕ ਕੇ ਉਸ ਨੂੰ ਤਸੀਹੇ ਕਹਿੰਦੇ ਕਿੰਦੇ ਜੇਕਰ ਕੋਈ ਤੁਹਾਡੇ ਨਾਲ ਬਹੁਤੀ ਬਹਿਸ ਨਹੀਂ ਕਰਨਾ ਚਾਹੁੰਦਾ ਤੇ ਉਹਦੇ ਮਗਰ ਕਿਉਂ ਜਾਣਾ ਕੰਨ ਲਪੇਟ ਕੇ ਜਾਣ ਦਾ ਮਤਲਬ ਕਿ ਤੁਹਾਨੂੰ ਕੁਝ ਸੁਣਨਾ ਨਹੀਂ ਚਾਹੁੰਦਾ ਕਿਤੇ ਜੇਕਰ ਬਹਿ ਤੇਰੀ ਗੱਲ ਨਹੀਂ ਸੁਣਨਾ ਚਾਹੁੰਦੀ ਤੇ ਤੂੰ ਮੇਰੇ ਨਾਲ ਬਾਰ-ਬਾਰ ਵਾਰਤਾਲਾਪ ਕਿਉਂ ਕਰ ਰਿਹਾ ਹੈ ਤੂੰ ਕਿਉਂ ਪਿੱਛੇ-ਪਿੱਛੇ ਆ ਕੇ ਜਾਂ ਮੈਨੂੰ ਬੁਲਾ ਕੇ ਤੂੰ ਬਾਦੂ ਘਾਟੂ ਗੱਲਾਂ ਕਿਉਂ ਸੁਣਾ ਰਿਹਾ ਹੈ ਬਾਰਿਸ਼ਾ ਉਜਾੜ ਕੇ ਵਸਦਿਆਂ ਨੂੰ ਆਪ ਖੈਰ ਦੇ ਨਾਲ ਵਸਿਏ ਕਿ ਨੀ ਤੇ ਬਾਰਿਸ਼ਾ ਉਸ ਹੀਰ ਦੇ ਰੂਪ ਚ ਕਹਿੰਦਾ ਹੈ ਸ ਉਹ ਆਪਣੇ ਵੱਲੋਂ ਇੱਕ ਕਥਨ ਲਿਖਦਾ ਹੈ ਕਿ ਅਸੀਂ ਕਿਸੇ ਵੀ ਵਿਆਹੀ ਵਰੀ ਕੁੜੀ ਨੂੰ ਉਜਾੜ ਕੇ ਅਸੀਂ ਸੁਖੀ ਨਹੀਂ ਰਹਿ ਸਕਦੇ ਕਿਹਦਾ ਤੈਨੂੰ ਇੱਕ ਪਿੰਡ ਦੀ ਜਾਂ ਇਸ ਸਹედა ਜਿਹੜੇ ਪਰਿਵਾਰ ਚ ਤੂੰ ਆਇਆ ਹੈ ਉਹਨਾਂ ਦੇ ਨਾਲ ਸਵਾਲ ਜਵਾਬ ਕਰਕੇ ਉਸ ਦਾ ਘਰ ਉਜਾੜਨਾ ਨਹੀਂ ਚਾਹੀਦਾ ਉਸ ਨੂੰ ਵਸਣ ਦੇਣਾ ਚਾਹੀਦਾ ਹੈ ਤੂੰ ਆਪਣੀ ਗੱਲਬਾਤ ਬੰਦ ਕਰ ਤੇ ਤੂੰ ਜੋ ਖੈਰ ਲੈ ਕੇ ਜਾਂਦਾ ਬਣ ਤੂੰ ਬਹੁਤਾ ਜਿਆਦਾ ਸਾਡੇ ਨਾਲ ਚਰਚਾ ਨਾ ਕਰ ਤੂੰ ਆਪਣੇ ਆਪ ਨੂੰ ਇੱਕ ਤਰੀਕੇ ਨਾਲ ਰੱਬੀ ਨਾਮ ਨਾਲ ਜੋੜ ਫਕੀਰ ਬਣਿਆ ਰਹਿ ਮਸਤੀ ਚ ਰਹਿ ਤੂੰ ਆਮ ਲੋਕਾਂ ਨਾਲ ਆਮ ਔਰਤਾਂ ਨਾਲ ਕੋਈ ਸਵਾਲ ਜਵਾਬ ਕਰਕੇ ਆਪਣਾ ਧਰਮ ਦਾ ਪ੍ਰਸ਼ਟ ਕਰ